ਵੀਰੋ 14.5 ਲੱਖ ਟਿਊਬਵੈੱਲ ਹੈ, 14.5 ਲੱਖ ਟਿਊਬਵੈੱਲ ਹੈ, ਉਹਦੇ ਚੋਂ ਜੇ 70% ਤੇ ਪਹੁੰਚਦੇ ਹਾਂ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈੱਲ, ਕਿਉਂਕਿ ਨਹਿਰੀ ਪਾਣੀ ਆਜੂਗਾ। 18,000 ਕਰੋੜ ਰੁਪਏ ਦੀ ਸਬਸਿਡੀ ਦਿੰਦਾ ਝੋਨੇ ਤੇ, ਜਿਹੜੀ ਬਿਜਲੀ ਦਿੰਦੇ ਹਾਂ ਆਪਾਂ ਮੁਫ਼ਤ ਪਿੰਡਾਂ 'ਚ, 14.5 ਲੱਖ ਟਿਊਬਵੈੱਲ ਹੈ ਤੇ 18,000 ਕਰੋੜ ਦੀ ਸਬਸਿਡੀ ਹੈ। ਜੇ 5 ਲੱਖ ਟਿਊਬਵੈੱਲ ਬੰਦ ਹੋ ਗਿਆ ਤਾਂ ਆਪਣੇ ਕੋਲ 6 ਤੋਂ 7 ਹਜ਼ਾਰ ਕਰੋੜ ਬਚ ਜੂਗਾ 18 'ਚੋਂ, ਤੇ 5500 ਦਾ ਬਜਟ ਹੈ ਇੱਕ ਸਾਲ ਦਾ, ਤੇ ਬਚੂਗਾ 6 ਤੋਂ 7 ਹਜ਼ਾਰ ਖਰਚਣਾ 5500। ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ, ਪੂਰਾ ਖਾਕਾ ਕਰੀ ਜਾਂਦੇ ਹਾਂ ਤਿਆਰ। ਮਾਵਾਂ ਭੈਣਾਂ ਨੂੰ ਜਿਹੜਾ 1,000 ਰੁਪਇਆ ਦੇਣਾ ਸੀ ਦਿਉਂਗਾ ਵੀ 1100 ਨਾਲੇ ਹੁਣ। ਜੇ ਮੈਂ ਉਈ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਵੋਟਾਂ ਤੋਂ ਸ਼ੁਰੂ ਕਰ ਦਿੰਦਾ ਸਕੀਮ, ਵੋਟਾਂ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ। ਜਦੋਂ ਕੇਰਾਂ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ, ਫਿਰ ਬੰਦ ਨਹੀਂ ਹੋਣਾ, ਬਿਜਲੀ ਦੇ ਬਿੱਲ ਵਾਂਗੂ 0 ਹੀ ਆਊਗਾ, ਉਧਰੋਂ ਫਿਰ 1100 ਆਊਗਾ ਹੀ ਆਊਗਾ। ਐ ਪਏ ਨੇ ਉਂਗਲਾਂ ਤੇ ਰੱਟੇ ਕੰਮ, ਮੈਂ ਕੋਈ ਹੋਰ ਕੰਮ ਕਰਨਾ ਹੀ ਨਹੀਂ, ਮੈਂ ਤਾਂ ਇਸੇ ਕੰਮ ਤੇ ਹੁਣ ਤੜਕੇ ਉੱਠ ਕੇ ਪਰਮਾਤਮਾ ਦਾ ਸ਼ੁਕਰ ਕਰਦਾ। ਪਰਮਾਤਮਾ ਇੱਕ ਦਿਨ ਹੋਰ ਦਿੱਤਾ, ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ, ਕਰਾਂਗੇ।